ਨਾਲ ਦੇਖ ਲੋ ਕੈਪਟਨ ਦਾ, ਮਤਲਬ ਕਾਂਗਰਸ ਝੂਠ ਦਾ ਪਰਿੰਦਾ। ਮੈਂ ਨਗਰ ਨਿਵਾਸੀ ਹੋ, ਤੁਹਾਨੂੰ ਇੱਕੋ ਹੀ ਬੇਨਤੀ ਕਰਨੀ ਹੈ, ਇਹ ਵੋਟ ਪਾਉਣੀ ਕਿਹਨੂੰ ਚਾਹੀਦੀ ਹੈ, ਵੋਟ ਦਾ ਤੁਹਾਡਾ ਹੱਕਦਾਰ ਕੌਣ ਹੈ? ਆਪਾਂ ਮੈਂ ਲੈਣ ਜਾਈਏ ਮੰਡੀ ਚ, ਉਹਦੇ ਕੁੰਡੇ ਸਿੰਘ ਦੇਖ ਲਈਏ, ਉਹਦੇ ਤੇ ਸਰੋਂ ਦਾ ਤੇਲ ਮਲਿਆ ਦੇਖ ਲਈਏ, ਨਰੋਈ ਦੇਖ ਲਈਏ, ਤੇ ਜਾਂ ਥੱਲੇ ਦੁੱਧ ਚੋਣ ਲਈ ਬਾਲਟੀ ਰੱਖੀਏ ਤੇ ਭਰੀਏ ਭਰੀਏ ਗੜਵੀ ਵੀ ਨਾ, ਉਹ ਮੈਂ ਚੰਗੀ ਰਹੂਗੀ? ਕੱਢ ਦਿਆਂਗੇ ਨਾ ਉਦੋਂ ਹੀ ਕਿ ਧੋਖਾ ਹੋ ਗਿਆ। ਆਹ ਕਾਂਗਰਸੀ ਨੇ, ਆਹ ਬਿੱਟੂ ਹੋਣੀ ਨੇ, ਵੋਟਾਂ ਲਈਆਂ ਜਿੱਤੇ ਦੀ। ਉਹ ਮੈਂ ਕੁਲੇਰ ਸਾਹਿਬ ਅੱਗੇ ਵੀ ਤੁਹਾਨੂੰ ਰਾਜ ਕਿਹਾ, ਪਿਛਲੀ ਵਾਰ ਵੀ ਕਾਂਗਰਸ ਜਿੱਤੀ ਨਹੀਂ, ਪਿਛਲੀ ਵਾਰ ਕਾਂਗਰਸ ਦੇ ਵਿਰੁੱਧ ਜਿਹੜੀ ਅਕਾਲੀ ਦਲ ਦੀ ਵੋਟ ਸੀ ਉਹਦੇ ਚ ਸੰਨ ਲੱਗ ਗਈ ਸੀ। ਕਾਂਗਰਸ ਦੀ ਵੋਟ ਨਹੀਂ ਸੀ ਵਧੀ, ਅਕਾਲੀ ਦਲ ਦੇ ਸੰਨ ਲੱਗਣ ਕਰਕੇ ਘੱਟ ਗਈ ਸੀ। ਕੈਮਰਾਮੈਨ ਨੰਨਾ ਫਿਲੌਰ ਦੇ ਨਾਲ ਆਰਤੀ ਦੀ ਰਿਪੋਰਟ, ਬ੍ਰੇਕਿੰਗ ਨਿਊਜ਼ ਪੰਜਾਬ।